ਹੁਣ ਦਿੱਲੀ ਦੇ ਬਾਰਡਰਾਂ ਤੇ ਮਾਹੌਲ ਬਿਲਕੁਲ ਬਦਲਿਆ ਹੋਇਆ ਹੈ ਕਿਉਂਕਿ ਨਾ ਤਾਂ ਉੱਥੇ ਹੁਣ ਟਰੈਕਟਰਾਂ ਤੇ ਵੱਜਦੇ ਗਾਣੇ ਅੱਧੀ ਅੱਧੀ ਰਾਤ ਤੱਕ ਤੁਹਾਡਾ ਸਿਰ ਖਾਂਦੇ ਨੇ ਤੇ ਨਾ ਹੀ ਵੱਡੀਆਂ ਵੱਡੀਆਂ ਗੱਡੀਆਂ ਤੇ ਹੋਰ ਤੇ ਨਾ ਹੀ ਉੱਥੇ ਚੀਕ ਚਹਾੜਾ ਪਾਉਂਦੀ ਟ੍ਰੈਫਿਕ ਹੈ ਨਾ ਰਸਤਿਆਂ ਵਿੱਚ ਚਿੱਕੜ ਤੇ ਨਾ ਹੀ ਦੁੱਧ ਪਾਣੀ ਦੀ ਕਮੀ ਤੇ ਨਾ ਫਾਲਤੂ ਰੁੜਿਆ ਫਿਰਦਾ ਤੇ ਨਾ ਹੀ ਸੜਕਾਂ ਦੇ ਉੱਤੇ ਅੱਧੀ ਅੱਧੀ ਰਾਤ ਤੱਕ ਮੋਦੀ ਮੁਰਦਾਬਾਦ ਦੇ ਨਾਅਰੇ ਲਾਉਣ ਵਾਲੇ ਯੋਧੇ ਦਿਸਦੇ ਔਰ ਨਾ ਹੀ ਦਿੱਲੀ ਨੂੰ ਜਿੱਤਣ ਵਾਲੇ ਗਾਣੇ ਹੁਣ ਉੱਥੇ ਸਿਰਫ ਤਾਂ ਸਿਰਫ ਹੈਂਡ ਦੇ ਪੱਕੇ ਆਸ਼ਕ ਬੈਠੇ ਨੇ ਮੈਲਿਆਂ ਕੱਪੜਿਆਂ 'ਚ ਢੱਠੀਆਂ ਪੱਗਾਂ ਦੇ ਨਾਲ ਜੋ ਮਿਲ ਗਿਆ ਉਹ ਖਾ ਕੇ ਰੱਬ ਦਾ ਸ਼ੁਕਰ ਮਨਾਉਣ ਵਾਲੇ ਜਿਹੜੇ ਕਹਿੰਦੇ ਨੇ ਵੀ ਆ ਸੜਕਾਂ ਦੀ ਲੁੱਕ ਪਿਘਲਾਉਣ ਵਾਲੀ ਗਰਮੀ ਯਾਰ ਉੱਥੇ ਜਾ ਕੇ ਕਿਵੇਂ ਕੱਟਾਂਗੇ ਤੇ ਉਹਨਾਂ ਨੂੰ ਇਹ ਸਵਾਲ ਕਰਦੇ ਨੇ ਇੰਨੀ ਗਰਮੀ ਤੁਸੀਂ ਕਿੱਦਾਂ ਰਹਿੰਦੇ ਆ ਤਾਂ ਜਵਾਬ ਪਤਾ ਕੀ ਆਉਂਦਾ ਜਿੱਦਾਂ ਹੱਡ ਚੀਰਮੀ ਠੰਡ ਕੱਢੀ ਆ ਕਹਿੰਦੇ ਆ ਵੀ ਸੋਹਣੀ ਨੂੰ ਪਤਾ ਨਹੀਂ ਸੀ ਵੀ ਘੜਾ ਕੱਚਾ ਆ ਕਿ ਪੱਕਾ ਪਰ ਮੈਂ ਕਹਿੰਦਾ ਬਈ ਉਹ ਘੁਮਿਆਰ ਦੀ ਧੀ ਸੀ ਤੇ ਉਸਦੀ ਸਾਰੀ ਉਮਰ ਇਹਨਾਂ ਭਾਂਡਿਆਂ 'ਚ ਹੀ ਲੰਘੀ ਸੀ ਹੱਥ ਲਾਉਂਦਿਆਂ ਹੀ ਪਤਾ ਲੱਗ ਗਿਆ ਹੋਣਾ ਵੀ ਘੜਾ ਪੱਕਾ ਆ ਜਾਂ ਕੱਚਾ ਪਰ ਕੀ ਕਰਦੀ ਉੱਧਰ ਮਹੀਵਾਲ ਦੇ ਨਾਲ ਕੀਤੇ ਕੌਲ ਤੇ ਕਰਾਰ ਵੀ ਸਨ ਨਾ ਹੁਣ ਕੌਲ ਵੀ ਤਾਂ ਨਿਭਾਉਣਾ ਸੀ ਨਾ ਸ਼ਾਇਦ ਉਹ ਘੜੇ ਨੂੰ ਇਹ ਕਹਿ ਕੇ ਚਨਾਹ ਦੇ ਵਿੱਚ ਉੱਤਰ ਗਈ ਹੋਵੇ ਬਈ ਤੂੰ ਆਪਣਾ ਧਰਮ ਨਿਭਾ ਤੇ ਮੈਂ ਆਪਣਾ ਨਿਭਾਉਂਦੀ ਹਾਂ ਇਸ਼ਕ ਹਕੀਕੀ ਵਾਲੇ ਹੀ ਡੁੱਬਦੇ ਹੁੰਦੇ ਆ ਮਜਾਜੀ ਵਾਲੇ ਤਾਂ ਬਾਹਰ ਖੜ੍ਹੇ ਇਹ ਸੋਚਦੇ ਰਹਿੰਦੇ ਬਈ ਛਾਲ ਮਾਰਾਂ ਜਾਂ ਨਾ ਆਪਣੇ ਆਪਣੇ ਵੱਖਰੇ ਵੱਖਰੇ ਤਰਕ ਦਿੰਦੇ ਰਹਿੰਦੇ ਆ ਹੁਣ ਦਿੱਲੀ ਦੇ ਬਾਰਡਰਾਂ 'ਤੇ ਸਿਰਫ ਤਾਂ ਸਿਰਫ ਇਸ਼ਕ ਹਕੀਕੀ ਵਾਲੇ ਆ ਮਜਾਜੀ ਵਾਲੇ ਤਾਂ ਮੇਰੇ ਵਰਗੇ ਬਥੇਰੇ ਭੱਜ ਭੁੱਜ ਆਏ ਜਿਨ੍ਹਾਂ ਨੂੰ ਪਤਾ ਸੀ ਵੀ ਘੜਾ ਕੱਚਾ ਹੈ ਤੇ ਪਾਰ ਵੀ ਧਨਾ ਨੂੰ ਕਰਨਾ ਪਰ ਫਿਰ ਵੀ ਡਟੇ ਹੋਏ ਨੇ ਅੜੇ ਹੋਏ ਨੇ ਹੁਣ ਹੁਣ ਕਿਸੇ ਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਚਾਹੇ ਉਹ ਕਾਮਰੇਡ ਹੋਵੇ ਸਿੱਖ ਜਾਂ ਖਾਲਿਸਤਾਨੀ ਕਿਉਂਕਿ ਸਾਨੂੰ ਵੀ ਓਨੀ ਲੋੜ ਹੈ ਜਿੰਨੀ ਉੱਥੇ ਬੈਠੇ ਸਾਰੇ ਕਿਸਾਨਾਂ ਅਤੇ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦੇ ਨਾਲ ਜਾ ਕੇ ਖੜਨਾ ਅਤੇ ਇਸ ਸੰਘਰਸ਼ ਦਾ ਹਿੱਸਾ ਬਣਨਾ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ ਸੋ ਇਸ ਦੇ ਨਾਲ ਹੀ ਮੈਨੂੰ ਜਾਣੀ ਆਪਣੇ ਮਨੀ ਕਲਾਰ ਨੂੰ ਦਿਓ ਇਜਾਜ਼ਤ ਅਤੇ ਹੋਰ ਕਿਸੇ ਨਵੀਂ ਸਟੋਰੀ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਜੇ ਇਹ ਸਟੋਰੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਆਪਣੇ ਦੋਸਤਾਂ ਸੱਜਣਾਂ ਮਿੱਤਰਾਂ ਦੇ ਨਾਲ ਇਸ ਕਹਾਣੀ ਨੂੰ ਇਸ ਸਟੋਰੀ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ ਕੀ ਪਤਾ ਕਿਸ ਦਾ ਮਨ ਪਿਘਲੇ ਕਿਸ ਨੂੰ ਚੰਗੇ ਲੱਗਣ ਇਹ ਬੋਲ ਕਿਸ ਦੇ ਦਿਲ ਨੂੰ ਤੁੰਬਣ ਅਤੇ ਉਹ ਆਪਣਾ ਸਮਾਂ ਕੱਢ ਕੇ ਉਹਨਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਦੀ ਧਰਤੀ 'ਤੇ ਇਸ ਸੰਘਰਸ਼ ਦਾ ਹਿੱਸਾ ਬਣੇ ਸੋ ਮੈਨੂੰ ਦਿਓ ਆਗਿਆ ਧੰਨਵਾਦ।